हां जी दोस्तों ਜਿਹੜਾ ਆਪਣਾ ਨੈਕਸਟ ਟਾਪਿਕ ਹੈਗਾ ਉਹ ਹੈਗਾ ਪੇਂਟ ਐਮ ਐਸ ਪੇਂਟ ਐਮ ਐਸ ਪੇਂਟ ਵਿੰਡੋਸ ਦੇ ਵਿੱਚ ਇੱਕ ਇਨਬिल्ਟ ਸੌਫਟਵੇਅਰ ਹੈਗਾ ਪੇਂਟਿੰਗ ਕਰਨ ਵਾਸਤੇ ਤਾਂ ਉਹਦੇ ਵਿੱਚ ਜਿਹੜੀਆਂ ਐਗਜ਼ਾਮਪਲਸ ਦਿੱਤੀਆਂ ਨੇ ਤੁਸੀਂ ਸਾਰੀਆਂ ਬਣਾਉਂਗੇ ਠੀਕ ਹੈ ਜੀ ਐਗਜ਼ਾਮਪਲ ਲਗ ਲਗ ਦਿੱਤੀਆਂ ਹੋਈਆਂ ਨੇ ਇਹ ਸਾਰੀਆਂ ਤੁਸੀਂ ਐਮ ਐਸ ਪੇਂਟ ਦੇ ਅੰਦਰ ਬਣਾਉਂਗੇ ਤਾਂ ਉਸ ਤੋਂ ਇਲਾਵਾ ਸਾਡੇ ਕੋਲ ਇਹਦੇ ਵਿੱਚ ਇੱਕ ਕੈਲਕੂਲੇਟਰ ਦਿੱਤਾ ਗਿਆ ਵਾ ਤੁਸੀਂ ਕੈਲਕੂਲੇਟਰ ਵੀ ਐਮ ਐਸ ਵਿੰਡੋ ਦੇ ਵਿੱਚ ਮਾਈਕਰੋਸਾਫਟ ਵਿੰਡੋ ਵਿੱਚ ਇਨਬਿਲਟ ਹੁੰਦਾ ਹੈ ਹਰ ਇੱਕ ኦਪਰੇਟਿੰਗ ਸਿਸਟਮ ਵਿੱਚ ਕੈਲਕੂਲੇਟਰ ਹੁੰਦਾ ਹੈ ਉਹਨੂੰ ਓਪਨ ਕਰੋਗੇ ਤੇ ਉਹਦੇ ਸਾਰੇ ਫੰਕਸ਼ਨ ਯੂਜ਼ ਕਰੋਗੇ ਠੀਕ ਹੈ ਜੀ ਉਸ ਤੋਂ ਇਲਾਵਾ ਟਾਈਪ ਆਫ ਕੰਪਿਊਟਰਸ ਦੇ ਵਿੱਚ ਮੈਂ ਤੁਹਾਨੂੰ ਕੁਝ ਚੀਜ਼ਾਂ ਐਕਸਪਲੇਨ ਕਰ ਦੇਣਾ ਹੈ ਮਾਈਕਰੋ ਕੰਪਿਊਟਰ ਮਿਨੀ ਕੰਪਿਊਟਰ ਮੇਨਫ੍ਰੇਮ ਕੰਪਿਊਟਰ ਸੂਪਰ ਕੰਪਿਊਟਰ ਵਰਕਸਟੇਸ਼ਨਸ ਦੇਖੋ ਮਾਈਕਰੋ ਕੰਪਿਊਟਰ ਸਿੰਗਲ ਕੰਪਿਊਟਰ ਹੁੰਦਾ ਹੈ ਮਿਨੀ ਕੰਪਿਊਟਰ ਵੀ ਇੱਕ ਸਿੰਗਲ ਕੰਪਿਊ लो लेवल ਦੀ ਫੰਕਸ਼ਨੈਲਿਟੀ ਹੁੰਦੀ ਵੀ ਨੀ ਕੰਪਿਊਟਰ ਜਿਹੜਾ ਸਾਈਜ਼ ਛੋਟਾ ਹੋਊਗਾ ਉਹਦਾ ਮੇਨ ਫਰੇਮ ਕੰਪਿਊਟਰ ਠੀਕ ਹੈ ਨਾ ਥੋੜਾ ਜਿਆ ਹੋਰ ਅੱਛੇ ਹਾਰਡਵੇਅਰ ਵਾਲਾ ਕੰਪਿਊਟਰ ਹੁਣ ਅਸੀਂ ਮੇਨ ਫਰੇਮ ਕਹਿੰਦਾ ਸੁਪਰ ਕੰਪਿਊਟਰ ਜਿਵੇਂ ਸਰਵਰ ਵਗੈਰਾ ਹੁੰਦੇ ਆ ਆਪਣੇ ਕੋਲ ਠੀਕ ਹੈ ਨਾ ਜਿਹਦੇ ਵਿੱਚ ਅਸੀਂ ਜਿਆਦਾ ਵਰਕ ਲੋਡ ਦੇ ਸਕਦੇ ਹਾਂ 24 ਘੰਟੇ ਚਲਾ ਸਕਦੇ ਹਾਂ ਉਸ ਤਰ੍ਹਾਂ ਦੇ ਕੰਪਿਊਟਰ ਨੂੰ ਸੁਪਰ ਕੰਪਿਊਟਰ ਕਹਿ ਦਾਂਗੇ ਅਸੀਂ ਜਿਹੜਾ ਹੈਵੀ ਸੌਫਟਵੇਅਰ ਵੀ ਚਲਾ ਸਕਦਾ ਆ ਰੈਂਡਰਿੰਗ ਹੈਵੀ ਕਰ ਸਕਦਾ ਉਹਨੂੰ ਅਸੀਂ ਸੁਪਰ ਕੰਪਿਊਟਰ ਕਹਿ ਦਾਂਗੇ ਉਸ ਤੋਂ ਇਲਾਵਾ ਸਾਡੇ ਕੋਲ ਵਰਕ ਸਟੇ ਸਾਡੇ ਕੋਲ ਲੰਗ-ਲੰਗ ਕਲਾਇੰਟਸ ਹੁੰਦੇ ਆ ਇੱਕ ਪੀਸੀ ਦੇ ਵਿੱਚ ਅਟੈਚ ਹੁੰਦੇ ਆ ਇੱਕ ਕੰਪਿਊਟਰ ਤੋਂ ਕਿੰਨੇ ਜਣੇ ਕੰਮ ਕਰ ਸਕਦੇ ਆ ਉਸ ਤਰ੍ਹਾਂ ਦਾ ਕੰਪਿਊਟਰ ਨੂੰ ਵਰਕ ਸਟੇਸ਼ਨਸ ਕਹਤਾ ਆ ਤਾਂ ਤੁਸੀਂ ਨੈਟ ਤੇ ਵੀ ਇਹਦੇ ਬਾਰੇ ਅਲੱਗ-ਅਲੱਗ ਇਹਦੀ ਡੈਫੀਨੇਸ਼ਨ ਸਰਚ ਕਰਕੇ ਇਹਦੇ ਬਾਰੇ ਪੜ੍ਹ ਸਕਦੇ ਹੋ ਤਾਂ ਰਨ ਕੈਲਕੂਲੇਟਰ ਐਂਡ ਯੂ ਆਲ ਆਪਰੇਸ਼ਨਸ ਆ ਲਾਈਕ ਸਾਇੰਟਿਫਿਕ ਇਹਦੇ ਵਿੱਚ ਕੈਲਕੂਲੇਟਰ ਵਿੱਚ ਹੋਗਾ ਸਾਇੰਟਿਫਿਕ ਕੈਲਕੂਲੇਟਰ ਹੋ ਯੂਜ਼ ਕਰਕੇ ਦੇਖੋ ਪ੍ਰੋਗਰਾਮਰ ਵਾਲਾ ਪੁਆਇੰਟ ਯੂਜ਼ ਕਰਕੇ ਦੇਖੋ ਸਟੈਟਿਸਟਿਕਸ ਵਾਲਾ ਯੂਨਿਟ ਕਨਵਰਟਰ ਯੂਜ਼ ਕਰਕੇ ਦੇਖੋ ਡੇਟ ਕੈਲਕੂਲੇਟਰ ਕਰਕੇ ਦੇਖੋ ਡੇਟ ਕੈਲਕੂਲੇਟਰ ਵਿੱਚ ਕੀ ਹੋਊਗਾ ਜਿਵੇਂ ਮਾਲੋ ਤੁਸੀਂ ਡੇਟ ਆਵਰ ਸਿਲੈਕਟ ਕਰ ਲਈ ਅੱਜ ਦੀ ਡੇਟ ਸਿਲੈਕਟ ਕਰ ਲਈ ਉਹ ਦੱਸ ਦਊਗਾ ਤੁਹਾਡੀ ਪੂਰੀ ਏਜ ਕਿੰਨੀ ਆ ਕਿੰਨੇ ਡੇਜ਼ ਦੇ ਹੋ ਤੁਸੀਂ ਕਿੰਨੇ ਈਅਰਸ ਦੇ ਹੋ ਇਹ ਸਾਰਾ ਕੁਝ ਆ ਜਾਊਗਾ ਤਾਂ ਸਾਰੇ ਫੰਕਸ਼ਨ ਚੂਜ਼ ਕਰਕੇ ਦੇਖਣੇ ਆਂਦੇ ਤਾਂ ਐਡਵਾਂਟੇਜਸ ਆਫ ਕੰਪਿਊਟਰ ਵੀ ਪੜ ਲੈਣੇ ਆ ਮੋਰ ਟਾਈਪ ਆਫ ਕੰਪਿਊਟਰ ਡੈਸਕਟਾਪ ਲੈਪਟਾਪ ਨੋਟਬੁੱਕ ਅਲਟਰਾਬੁੱਕ ਕ੍ਰੋਮਬੁੱਕ ਠੀਕ ਹੈ ਜੀ ਇਹ ਅਲੱਗ-ਅਲੱਗ ਇਸ਼ੂਸ ਆਕਰ ਇਨ ਕੰਪਿਊਟਰ ਸਿਸਟਮ ਇਹ ਵੀ ਰੀਡ ਕਰ ਲੈਣੇ ਆ ਕਿਸ ਤਰ੍ਹਾਂ ਦੇ ਇਸ਼ੂ ਸਾਨੂੰ ਆ ਸਕਦੇ ਆ ਤੇ ਇਹਦੇ ਨਾਲ ਦਾ ਸੋਲੂਸ਼ਨ ਨਿਕਲਣਾ ਹੁੰਦਾ ਆ ਤਾਂ ਇੱਕ ਨਾ ਟਾਈਪ ਆਫ ਸੀਪੀਓ ਦੱਸਿਆ ਹੋਇਆ ਬਾਅਦ ਦੇ ਜਿਵੇਂ ਮੈਂ ਤਾਂ ਨਾ ਐਕਸਪਲੇਨ ਕਰਦਾ ਜਨਾ ਠੀਕ ਹੈ ਨਾ ਜੀ ਸੀਪੀਓ ਮਤਲਬ ਸੈਂਟਰਲ ਪ੍ਰੋਸੈਸਿੰਗ ਯੂਨਿਟ ਜਿਹੜਾ ਆਪਣੇ ਕੋਲ ਪ੍ਰੋਸੈਸਰ ਹੁੰਦਾ ਆ ਵਾ ਉਹ ਸਿੰਗਲ ਕੋਰ ਸੀਪੀਓ ਡੁਅਲ ਕੋਰ ਕੁਆਡ ਕੋਰ ਸਿੰਗਲ ਕੋਰ ਜਿਹੜਾ ਵਾ ਉਸ ਤੋਂ ਡਬਲ ਕੰਮ ਕਰੂਗਾ ਡੁਅਲ ਕੋਰ ਉਸ ਤੋਂ ਵੀ ਡਬਲ ਕੰਮ ਕਰੂਗਾ ਕਵਾਡ ਕੋਰ ਠੀਕ ਹੈ ਜੀ ਇਹ ਲਗ ਲਗ ਜਨਰੇਸ਼ਨ ਦੇ ਹਿਸਾਬ ਨਾਲ ਡਵੈਲਪ ਕੀਤੇ ਗਏ ਸੀਪੀਯੂ ਨੇ ਅਗੋਂ ਇਹਦੇ ਵਿੱਚ ਕੀ ਹੁੰਦਾ ਹੈ ਸੀਪੀਯੂ ਦੇ ਅੰਦਰ ਕੰਟਰੋਲ ਯੂਨਿਟ ਅਰਥਮੈਟਿਕ ਲੌਜੀਕ ਯੂਨਿਟਸ ਹੁੰਦਾ ਆ ਮੈਮਰੀ ਨਾਲ ਕਮਿਊਨੀਕੇਟ ਹੁੰਦਾ ਆ ਤਾਂ ਇਸ ਤਰੀਕੇ ਨਾਲ ਹੀ ਸਾਰਾ ਕੰਮ ਕਰਦਾ ਕੰਪਿਊਟਰ ਠੀਕ ਹੈ ਨਾ ਉਹਦੀ ਬੇਸਿਕ ਗ੍ਰਾਫੀਕਲ ਇੰਟਰੋਡਕਸ਼ਨ ਦਿੱਤੀ ਗਈ ਆ ਤਾਂ ਇਹਨੂੰ ਸਮਝ ਲੈਣਾ ਠੀਕ ਹੈ ਨਾ ਤੇ ਇਸੇ ਤਰੀਕੇ ਨਾਲ ਸਾਰਾ ਕੁਝ ਕੰਮ ਕਰਦਾ ਆ ਤੇ ਪੇਂਟ ਨੂੰ ਦੇ ਸਾਰੇ ਆਪਣੇ ਗੋ ਅਸਾਈਨਮੈਂਟ ਜਿਹੜੀਆਂ ਦਿੱਤੀਆਂ ਹੋਈਆਂ ਨੇ ਇਹ ਸੀ ਐਮ ਐਸ ਪੇਂਟ ਵਿੱਚ ਜਾ ਕੇ ਇੱਕ ਇੱਕ ਕਰਕੇ ਬਣਾਵਾਂਗੇ ਇਹਨੂੰ ਕਰਨ ਦੇ ਨਾਲ ਤੁਹਾਡਾ ਹੱਥ ਕਾਫੀ ਵਧੀਆ ਚੱਲ ਪਊਗਾ ਐਮ ਐਸ ਪੇਂਟ ਦੇ ਅੰਦਰ ਬਾਕੀ ਮੈਂ ਨੈਕਸਟ ਵੀਡੀਓ ਵਿੱਚ ਤੁਹਾਨੂੰ ਥੋੜਾ ਥੋੜਾ ਐਮ ਐਸ ਪੇਂਟ ਸਿਖਾ ਵੀ ਦਿੰਦਾ ਹਾਂ ਤਾਂ ਮੈਂ ਜ਼ਿਆਦਾ ਨਹੀਂ ਸਿਖਾਉਂਗਾ ਲੇਕਿਨ ਤੁਸੀਂ ਇਹ ਅਸਾਈਨਮੈਂਟ ਸਾਰੀਆਂ ਆਪਣੇ ਆਪ ਹੀ ਬਣਾਓਗੇ ਤਾਂ ਥੈਂਕ ਯੂ ਵੈਰੀ ਮੱਚ